ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਦੇ ਬਾਬਾ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਵਿਪਦਾ ਦੀ ਘੜੀ ਦੇ ਵਿੱਚ ਆਪਣੀ ਸੰਗਤ ਨੂੰ ਉਹਨਾਂ ਜ਼ਰੂਰਤਮੰਦਾਂ ਨੂੰ ਖਾਣਾ ਪਹੁੰਚਾਉਣ ਨੂੰ ਕਿਹਾ ਜਿਨ੍ਹਾਂ ਨੂੰ ਇਸ ਵੇਲੇ ਸਖ਼ਤ ਲੋੜ ਸੀ, ਕਿਉਂਕਿ ਸਾਡੇ ਭਾਰਤ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ, ਸਾਡੇ ਹਲਕੇ ਦੇ ਵਿੱਚ ਬਹੁਤ ਐਸੇ ਪਰਿਵਾਰ ਨੇ ਜਿਹੜੇ ਸਵੇਰੇ ਕਮਾਉਂਦੇ ਨੇ ਔਰ ਸ਼ਾਮ ਨੂੰ ਉਹੀ ਕਮਾ ਕੇ ਖਾਂਦੇ ਨੇ। ਇਸ ਦੌਰਾਨ ਜਿਹੜੇ ਪੂਰਾ ਵਰਲਡ, ਸਾਡਾ ਭਾਰਤ, ਸਾਡਾ ਪੰਜਾਬ ਲੋਕਡਾਊਨ ਹੋਇਆ ਹੋਇਆ, ਇਸੇ ਪਰਿਵਾਰਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਔਰ ਇਸ ਵੇਲੇ ਜਿਹੜਾ ਇਹ ਕਦਮ ਹੈ ਇਹ ਸ਼ਲਾਘਾਯੋਗ ਹੈ। ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਜੀ ਦੀ ਸੰਗਤ ਹਰ ਡੇਰੇ ਦੇ ਵਿੱਚ ਪੈਕਡ ਫੂਡ ਜਿਹੜਾ ਹੈ ਉਹ ਆਮ ਜਨਤਾ ਤੱਕ ਪਹੁੰਚਾ ਰਹੀ ਹੈ। ਜਿੱਥੇ ਮੈਂ ਬਾਬਾ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ, ਉੱਥੇ ਮੈਂ ਸਤਸੰਗ ਡੇਰਾ ਬਿਆਸ ਜੀ ਦੀ ਸੰਗਤ ਦਾ ਵੀ ਧੰਨਵਾਦ ਕਰਦਾ ਹਾਂ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਹ ਜ਼ਰੂਰਤਮੰਦਾਂ ਨਾਲ ਖੜੀ ਹੋਈ ਹੈ। ਧੰਨਵਾਦ।